ਹਾਂ, ਤੁਹਾਡੇ ਡਿਮਾਂਡ 'ਤੇ ਕੁਛ ਹੂ ਇਜ਼ ਹੂ ਕਰੰਟ ਜਿਹੜੇ ਨੇ ਐਜੂਕੇਸ਼ਨਲ ਇੰਸਟੀਟਿਊਟ ਵਿੱਚ ਜਿਹੜੇ ਪਰਸਨ ਕੰਮ ਕਰ ਰਹੇ ਨੇ ਪੁੱਛੇ ਜਾਂਦੇ ਨੇ, ਇੱਕ ਦੋ ਸਵਾਲ ਤੋਂ ਵੱਧ ਨਹੀਂ ਹੋ ਸਕਦੇ। ਹੂ ਇਜ਼ ਦ ਕਰੰਟ ਚੇਅਰਪਰਸਨ ਔਰ ਡਾਇਰੈਕਟਰ ਆਫ ਨੈਸ਼ਨਲ ਕੌਂਸਲ ਫੋਰ ਟੀਚਰ ਐਜੂਕੇਸ਼ਨ। ਮੈਂ ਹਰ ਵਾਰ ਦੱਸਦਾ ਹਾਂ ਕਿ ਫੋਰ ਦੀ ਜਗ੍ਹਾ ਕਈ ਵਾਰ ਔਫ ਪਾ ਦਿੰਦੇ ਆ, ਯਾਦ ਰੱਖਣਾ ਹੈ ਫੋਰ ਟੀਚਰ ਐਜੂਕੇਸ਼ਨ ਇਜ਼ ਦੀ ਫੁੱਲ ਫਾਰਮ ਯੂਟੀ ਟੈਸਟ 'ਚ ਪੁੱਛੀ ਵੀ ਗਈ ਹੈ, ਮੋਸਟ ਇੰਪੋਰਟੈਂਟ ਕਿਉਂਕਿ ਟੀਚਰ ਐਜੂਕੇਸ਼ਨ ਦਾ ਤੁਹਾਡਾ ਪ੍ਰੋਗਰਾਮ ਹੈ। ਸੋ ਇਸਦੇ ਚੇਅਰਪਰਸਨ ਕੌਣ ਨੇ, ਇਹ ਕੁਸ਼ਚਨ ਪੁੱਛਿਆ ਗਿਆ ਹੈ। ਸੋ ਮੈਂ ਨਾਲ ਨਾਲ ਥੋੜ੍ਹਾ ਜਿਹਾ ਦੱਸਦਾਂਗਾ ਯਾਦ ਕਰਨ ਲਈ। ਪ੍ਰੋਫੈਸਰ ਪੰਕਜ ਅਰੋੜਾ ਹੈ, ਸਿਰਫ ਯਾਦ ਕਰਨ ਲਈ ਹੈ ਕਿ ਅਸੀਂ ਕਿਹੜੀ ਐਬਰੀਵੇਸ਼ਨ ਇਹਨਾਂ ਜੋੜ ਸਕਦੇ ਹਾਂ। ਮੈਂ ਸਮਝਦਾ ਹਾਂ ਕਿ NCT ਜੋ ਹੈ ਨੈਚੁਰ ਟੀਚਰ ਐਜੂਕੇਸ਼ਨ ਦੇ ਰਾਹ ਵਿੱਚ ਰੋੜਾ ਹੈ, ਵਹੀ ਬਣੀ ਹੈ ਕਿਉਂਕਿ ਰੁਕਾਵਟ ਹੀ ਪਈ ਹੈ। ਜੋ ਕਰਪਸ਼ਨ ਜਿਹੜੀ ਵਧੀ ਹੈ ਅੱਜ ਨੋਨ ਅਟੈਂਡਿੰਗ ਇੰਸਟੀਟਿਊਟ ਹੈ ਉਸ ਨਾਲ ਜੋੜ ਕੇ ਮੈਨੂੰ ਯਾਦ ਹੋ ਗਿਆ ਕਿ NCT ਰੋੜਾ ਹੈ, ਅਰੋੜਾ ਹੈ, ਹੈ ਨਾ। ਪੰਕਜ ਅਤੇ ਅਰੋੜਾ ਨਾਮ ਬੇਸ਼ੱਕ ਪੰਕਜ ਵਾਲਾ ਹੈ, ਬੇਸ਼ੱਕ ਅਰੋੜਾ ਹੈ, ਇੱਦਾਂ ਯਾਦ ਰਹਿ ਗਿਆ। ਨੈਕਸਟ ਹੈ, ਹੂ ਇਜ਼ ਦ ਕਰੰਟ ਚੇਅਰਪਰਸਨ ਆਫ ਨੈਸ਼ਨਲ ਕੌਂਸਲ ਫੋਰ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ, ਫੁੱਲ ਫੋਰਮ NCERT, ਜਿਹਦਾ ਮੁੱਖ ਕਦਮ ਅਸੀਂ ਬੁੱਕਸ ਪੜ੍ਹਦੇ ਹਾਂ। ਇਹ ਕੁਸ਼ਚਨ ਵੀ ਪੁੱਛਿਆ ਪੁੱਛ ਲਿਆ ਜਾਂਦਾ ਹੈ। ਹੁਣ ਇਸ ਨੂੰ ਯਾਦ ਕਿੱਦਾਂ ਰੱਖਣਾ ਹੈ, ਐਨ ਤੋਂ ਸਕਲਾਨੀ, ਦਿਨੇਸ਼ ਦੀ ਨਾਲ ਜੋੜਨਾ ਹੈ, ਦੀ ਨਾਲ ਜੋੜ ਲਓ, ਪ੍ਰਸਾਦ ਨਾਲ ਜੋੜਨਾ ਹੈ, ਸਕਲਾਨੀ ਨਾਲ ਜੋੜ ਲਓ। ਮੈਂ ਕਹਿੰਦਾ ਸੌਖਾ ਹੈ ਕਿ ਤੁਸੀਂ NCERT ਤੋਂ ਪ੍ਰਸਾਦ ਮਿਲਦਾ ਹੈ, ਉਹ ਇੱਕ ਤਰ੍ਹਾਂ ਦਾ ਮੰਦਰ ਹੈ। NCERT ਇੱਕ ਤਰ੍ਹਾਂ ਦਾ ਮੰਦਰ ਹੈ ਜਿੱਥੇ ਬੁੱਕਸ ਛਪਦੀਆਂ ਹਨ ਜਾਂ ਬੁੱਕਸ ਛਾਪਣ ਦਾ ਕੰਮ ਕਰਦੇ ਨੇ, ਔਰ ਪ੍ਰਸਾਦ ਮਿਲਦਾ ਹੈ। ਸੋ ਇਹ ਨਾਮ ਯਾਦ ਹੋ ਜਾਏਗਾ, ਈਜ਼ੀ ਹੋ ਜਾਏਗਾ। ਨੈਕਸਟ ਹੈ, ਹੂ ਇਜ਼ ਦੀ ਕਰੰਟ ਚੇਅਰਪਰਸਨ ਆਫ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, UGC, ਇਹਨਾਂ ਫੁੱਲ ਫੋਰਮ ਤਾਂ ਨਹੀਂ, ਐਸਟੈਬਲਿਸ਼ਮੈਂਟ ਨੋਰਮਲੀ ਪੁੱਛੀ ਜਾ ਸਕਦੀ, ਉਹ ਕੁਸ਼ਚਨ ਅਸੀਂ ਕਰ ਚੁੱਕੇ ਹਾਂ। ਸੋ ਨਾਮ ਜਿਹੜਾ ਰਾਈਟ ਆਂਸਰ ਹੈ ਉਹ ਹੈ ਜਗਦੀਸ਼। ਮੈਂ ਯਾਦ ਕਿੱਦਾਂ ਰੱਖਿਆ ਹੈ, ਜਗਦੀਸ਼ ਕੁਮਾਰ, ਜ ਦੀ ਜਿਹੜੀ ਧੁਨੀ ਹੈ ਉਹ UGC, ਜਗਦੀਸ਼ UGC, ਇਹ ਵਾਲੇ ਇਹਨੂੰ ਇਹਦੇ ਨਾਲ ਜੋੜ ਲਿਆ, ਇੰਨਾ ਕੰਮ ਬਸ ਕੀਤਾ। ਨੈਕਸਟ ਹੈ, ਹੂ ਇਜ਼ ਦ ਕਰੰਟ ਚੇਅਰਪਰਸਨ ਆਫ ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਸੋ ਦੇਖੋ ਸਾਰੇ ਲਗਭਗ ਹਿੰਦੀ ਨਾਮ ਬਣ ਰਹੇ ਨੇ, ਵੈਸੇ ਇਹ ਪੰਜਾਬੀ ਨਾਮ ਹੈ, ਬੇਦੀ ਯਾਦ ਰੱਖਣਾ ਹੈ, ਬੋਰਡ ਪੰਜਾਬ ਬੋਰਡ ਦਾ ਬੇਦੀ, ਹੈ ਨਾ, ਬੇਦੀ ਗੁਰੂ ਨਾਨਕ ਦੇਵ ਜੀ ਨਾਲ ਵੀ ਜੋੜ ਸਕਦੇ ਹੋ। ਨੈਕਸਟ ਹੈ, ਹੂ ਇਜ਼ ਦੀ ਕਰੰਟ ਸੈਕਟਰੀ ਆਫ ਸਕੂਲ ਐਜੂਕੇਸ਼ਨ, ਸੈਕਟਰੀ ਪੁੱਛੇ ਗਏ ਨੇ ਇੱਥੇ, ਸੈਕਟਰੀ ਆਫ ਸਕੂਲ ਐਜੂਕੇਸ਼ਨ ਇਨ ਪੰਜਾਬ ਐਜ਼ 24 ਦੇ ਵਿੱਚ। ਨਾਮ ਥੋੜ੍ਹਾ ਔਖਾ ਹੈ, ਸਿਰਫ ਇੰਨਾ ਯਾਦ ਰੱਖ ਲਓ, ਜਾਂ ਅਨਵਰ ਯਾਦ ਰੱਖ ਲਓ, ਜਾਂ ਸ਼ਾਮ ਯਾਦ ਰੱਖ ਲਓ, ਇਹਤ ਸ਼ਾਮ, ਹੈ ਨਾ, ਇਹਦੇ ਨਾਲ ਜੋੜ ਸਕਦੇ ਹੋ, ਸੈਕਟਰੀ ਨਾਲ, ਸੈਕਟਰੀ ਨਾਲ ਸ਼ਾਮ। ਨੈਕਸਟ ਹੈ, ਹੂ ਇਜ਼ ਦੀ ਕਰੰਟ ਚੇਅਰਪਰਸਨ ਆਫ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, CBSE ਹੈ। 13 ਮਾਰਚ ਨੂੰ ਉਹਨਾਂ ਨੂੰ ਅਪੁਆਇੰਟ ਕੀਤਾ ਗਿਆ ਸੀ, ਦੂਜੀ ਇਨਫੋਰਮੇਸ਼ਨ ਇਹ ਦਿੱਤੀ ਗਈ ਹੈ। ਰਾਹੁਲ ਸਿੰਘ, ਰਾਹੁਲ ਸਿਰਫ ਯਾਦ ਰੱਖਿਆ ਜਾ ਸਕਦਾ ਹੈ, CBSE ਸੈਂਟਰਲ ਬੋਰਡ ਆਫ, ਹੈ ਨਾ, ਰਾਹੁਲ। ਨੈਕਸਟ ਹੈ, ਹੂ ਇਜ਼ ਦ ਕਰੰਟ ਚੇਅਰਪਰਸਨ ਆਫ ਆਲ ਇੰਡੀਆ ਕੌਂਸਲ ਫੋਰ ਟੈਕਨੀਕਲ ਐਜੂਕੇਸ਼ਨ, ਯਾਦ ਰੱਖਣ ਲਈ ਨਾਮ ਹੈ TG ਸੀਤਾਰਾਮ। ਇੱਕ ਤਾਂ ਇਹ ਹੈ ਕਿ ਟੈਕਨੀਕਲ ਨੂੰ, ਕਿਉਂਕਿ ਸਭ ਤੋਂ ਔਡ ਵਰਡ ਅਸੀਂ ਯਾਦ ਕਰਨ ਲਈ ਚੁੱਕਣਾ ਹੈ, ਦੂਸਰਾ ਹੈ ਇੱਥੇ ਟੀ ਹੈ,
ਟੀ ਜੀ, ਨਹੀਂ ਤਾਂ ਇਹ ਕਹਿ ਸਕਦੇ ਇੱਕ ਸੈਂਟੈਂਸ ਲਿਖ ਲਓ ਕਿ ਸੀਤਾ ਰਾਮ ਹੀ ਟੈਕਨੀਕਲੀ ਸਹੀ ਪਰਸਨ ਸਨ, ਸੀਤਾ ਰਾਮ। ਹਾਂ, ਯਾਦ ਰਹਿ ਗਿਆ। ਸੋ ਆਲ ਇੰਡੀਆ ਕੌਂਸਲ ਫੋਰ ਟੈਕਨੀਕਲ ਐਜੂਕੇਸ਼ਨ, ਇੱਥੇ ਲੇਖਾ ਨਹੀਂ ਖਾਣਾ, ਟੀ ਈ ਕਈ ਵਾਰ ਜਿੱਥੇ ਐਨ ਸੀ ਟੀ ਈ ਹੈ ਉੱਥੇ ਟੀਚਰ ਐਜੂਕੇਸ਼ਨ ਹੈ। ਹੂ ਇਜ਼ ਦੀ ਕਰੰਟ ਚੇਅਰਪਰਸਨ ਆਫ ਮੈਡੀਕਲ ਕੌਂਸਲ ਆਫ ਇੰਡੀਆ? ਰਾਈਟ ਆਨਸਰ ਹੈ ਬੀ ਐਨ ਗੰਗਾਧਰ। ਹੁਣ ਅਸੀਂ ਯਾਦ ਕਿੱਦਾਂ ਕਰਨਾ ਹੈ, ਜੋੜ ਸਕਦੇ ਹਾਂ ਕਿ ਮੈਡੀਕਲ ਮੈਡੀਸਨ ਹੈ ਨਾ, ਗੰਗਾ ਸਾਡੇ ਲਈ ਮੈਡੀਸਨ ਹੈ ਕਿਉਂਕਿ ਪਵਿੱਤਰ ਹੈ ਮੰਨਿਆ ਜਾਂਦਾ ਹੈ ਵਗੈਰਾ ਵਗੈਰਾ, ਉਸ ਨਾਲ ਥੋੜ੍ਹਾ ਜਿਹਾ ਜੋੜ ਕੇ ਕਿ ਗੰਗਾ ਮੈਡੀਸਨ ਹੈ, ਮੈਡੀਕਲ ਕਾਉਂਸਲ ਗੰਗਾਧਰ ਉਹਨਾਂ ਦੇ ਚੇਅਰਪਰਸਨ। ਨੈਕਸਟ ਚੱਲਦੇ ਹਾਂ, ਹੂ ਇਜ਼ ਦੀ ਕਰੰਟ ਚੇਅਰਪਰਸਨ ਆਫ ਨੀਤੀ ਆਯੋਗ? ਫੁੱਲ ਫੋਰਮ ਵੀ ਪੁੱਛੀ ਜਾ ਸਕਦੀ ਹੈ, ਨੈਸ਼ਨਲ ਇੰਸਟੀਟਿਊਟ ਆਫ ਟਰਾਂਸਫਾਰਮਿੰਗ, ਸਿਰਫ ਇੱਕ ਸ਼ਬਦ ਯਾਦ ਰੱਖਣਾ ਹੈ ਟਰਾਂਸਫਾਰਮਿੰਗ, ਹੈ ਨਾ, ਇਹ ਵਾਲਾ ਆਯੋਗ ਜਿਹਨੂੰ ਥਿੰਕ ਟੈਂਕ ਵੀ ਕਿਹਾ ਜਾਂਦਾ ਹੈ, ਐਡਵਾਈਜ਼ ਜਿਹਨਾਂ ਨੇ ਦੇਣੀਆਂ ਹਨ, ਸਭ ਤੋਂ ਜ਼ਿਆਦਾ ਥਿੰਕਰ ਵੱਡੇ ਵੱਡੇ ਜਿਹੜੇ ਹੈ, ਹੈ ਨਾ, ਅੱਛਾ ਸੋਚ ਸਕਦੇ ਨੇ। ਇਸਦਾ ਹਮੇਸ਼ਾ ਹੀ ਪ੍ਰਾਈਮ ਮਿਨਿਸਟਰ ਹੁੰਦਾ ਹੈ ਜਿਹੜਾ ਚੇਅਰਪਰਸਨ ਹੁੰਦਾ ਹੈ, ਸੋ ਨਰਿੰਦਰ ਮੋਦੀ ਆਨਸਰ ਰਾਈਟ ਹੋਏਗਾ। ਹੂ ਇਜ਼ ਦੀ ਕਰੰਟ ਚੇਅਰਪਰਸਨ ਆਫ ਨੀਤੀ ਆਯੋਗ? ਕਰੰਟ ਵਾਈਸ ਪੁੱਛ ਲਿਆ ਹੈ, ਅਕਾਲੀ ਕਾਲੇ ਵਿੱਚ ਚੇਅਰਪਰਸਨ ਨਹੀਂ ਹੈ, ਹੁਣ ਇੱਥੇ ਜਿਹੜਾ ਹੈ ਪ੍ਰਾਈਮ ਮਿਨਿਸਟਰ ਨਹੀਂ ਹੋਏਗਾ। ਸੋ ਰਾਈਟ ਆਨਸਰ ਬੇਰੀ ਹੈ, ਸੁਮਨ ਬੇਰੀ। ਹੁਣ ਇਸ ਨੂੰ ਕਿਸ ਤਰ੍ਹਾਂ ਰੱਖਣਾ ਹੈ, ਨੀਤੀ ਦੀਆਂ ਬੇਰੀਆਂ ਜਾਂ ਬੇਰੀ ਦੀ ਨੀਤੀ, ਕੁਛ ਇਸ ਤਰ੍ਹਾਂ ਦਾ ਕਰ ਸਕਦੇ ਹੋ, ਬੇਰੀ ਦੇ ਪੇੜ ਦੀ ਨੀਤੀ ਕੁਛ ਇਸ ਤਰ੍ਹਾਂ ਜੋੜ ਲਓ। ਨੈਕਸਟ, ਦੈਟ ਇਜ਼ ਆਲ, ਕੁਛ ਇੰਪੋਰਟੈਂਟ ਸੀ। ਥੈਂਕ ਯੂ।